ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਵਿੱਚ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਦੇਖਦਿਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ, ਉੱਥੇ ਹੀ ਕਈ ਗਰੀਬ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦੇ ਲਈ ਵੀ ਆਵਾਜਾਰ ਹੋਣਾ ਪੈ ਰਿਹਾ ਹੈ। ਇਸ ਲਈ ਲੋਕਾਂ ਦੀ ਭਾਵਨਾਵਾਂ ਨੂੰ ਸਮਝਦਿਆਂ ਹੋਏ ਅਤੇ ਉਹਨਾਂ ਦੀ ਇਸ ਦੁੱਖ ਤਕਲੀਫ ਦੇ ਟਾਈਮ ਵਿੱਚ ਨਾਲ ਖੜਦਿਆਂ ਹੋਇਆਂ ਗੁਰਾਇਆਂ ਦੇ ਡਾਕਟਰ ਗਿਆਨ, ਸੰਜੇ ਕੁਮਾਰ, ਰੋਹਿਤ ਕੁਮਾਰ, ਬੱਬੂ, ਗਗਨ, ਓਂਕਾਰ ਰਾਣਾ, ਪੰਕਜ ਬੂਟਾ, ਦਵਿੰਦਰ ਸਿੰਘ ਘਟੌੜਾ, ਕ੍ਰਿਸ਼ਨਾ ਕਲੋਨੀ ਅਤੇ ਰਿਸ਼ੀ ਨਗਰ ਦੀ ਸੰਗਤ ਵੱਲੋਂ ਲੰਗਰ ਲਗਾ ਕੇ ਉਹਨਾਂ ਦਾ ਸਾਥ ਦਿੱਤਾ ਗਿਆ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਲਈ ਪਰੇਸ਼ਾਨ ਨਾ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਕ੍ਰਿਸ਼ਨਾ ਕਲੋਨੀ ਗੁਰਾਇਆਂ ਤੋਂ ਲੋਕ ਸੇਵਾ ਦੇ ਵਿੱਚ ਪਿਛਲੇ 11-12 ਦਿਨ ਤੋਂ ਲੱਗੇ ਹੋਏ, 21 ਤਰੀਕ ਤੋਂ, ਔਰ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਕਿਸੇ ਨੂੰ ਵੀ ਜ਼ਰੂਰਤਮੰਦ ਨੂੰ ਖਾਣੇ ਦੀ ਜ਼ਰੂਰਤ ਹੋਵੇ ਸਾਡੇ ਨਾਲ ਫੋਨ 'ਤੇ ਸੰਪਰਕ ਕਰ ਸਕਦਾ, ਅਸੀਂ ਉਹਦੇ ਘਰ ਖਾਣਾ ਦੇ ਕੇ ਆਵਾਂਗੇ ਬਣਿਆ ਬਣਾਇਆ। ਔਰ ਅਸੀਂ ਮਤਲਬ ਸਾਰੇ ਦਾਨੀ ਸੱਜਣਾਂ ਦੀ ਵੀ ਬੇਨਤੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਉਪਰਾਲੇ ਵਾਸਤੇ ਇਸ ਸੇਵਾ ਕਰਨ ਦਾ ਮੌਕਾ ਦਿੱਤਾ, ਔਰ ਸਾਨੂੰ ਬਹੁਤ ਵੱਡਾ ਸਹਿਯੋਗ ਸਾਡੇ ਮੁਹੱਲੇ 'ਚੋਂ ਸਾਡੇ ਸ਼ਹਿਰ 'ਚੋਂ ਮਿਲ ਰਿਹਾ। ਜਿਹਨੂੰ ਵੀ ਅਸੀਂ ਕਿਸੇ ਨੂੰ ਵੀ ਕੋਈ ਕਹੀਏ ਤਾਂ ਉਹ ਸਾਨੂੰ ਸਮਾਨ ਕਿਸੇ ਵੀ ਤਰ੍ਹਾਂ ਦੀ ਰਸਤੇ ਆ ਸੁੱਕੀ ਉਹ ਸਾਨੂੰ ਸਾਡੇ ਘਰ 'ਚ ਪਹੁੰਚਾ ਦਿੰਦਾ ਆ, ਜਾਂ ਅਸੀਂ ਆਪ ਜਾ ਕੇ ਉਹਨਾਂ ਕੋਲ ਲਿਆਉਂਦੇ ਹਾਂ ਅਤੇ ਉਹ ਜਿਸ ਤਰ੍ਹਾਂ ਆਈ ਜਾਂਦੀ ਆ ਉਸ ਤਰ੍ਹਾਂ ਅਸੀਂ ਅੱਗੇ ਤੋਰ ਦਿੰਦੇ ਹਾਂ। ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਤੱਕ ਮਤਲਬ ਪਿਛਲੇ 13 ਦਿਨ ਤੋਂ ਲੈ ਕੇ ਅੱਜ ਤੱਕ ਕਿਸੇ ਇੱਕ ਵੀ ਮਤਲਬ ਸਾਨੂੰ ਇੱਕ ਚੀਜ਼ ਦੀ ਕਮੀ ਨਹੀਂ ਹੋਈ ਕਿਸੇ ਵੀ ਚੀਜ਼ ਦੀ। ਅੱਜ ਵੀ ਸਾਡੇ ਕੋਲ ਆਉਣ ਵਾਲੇ 10 ਦਿਨਾਂ ਦਾ ਜਿਹੜਾ ਰਾਸ਼ਨ ਆ ਡਿਊ ਪਿਆ ਹੈ, ਐਡਵਾਂਸ ਪਿਆ ਹੋਇਆ, ਅਸੀਂ ਧੰਨਵਾਦ ਕਰਦੇ ਹਾਂ ਫਿਰ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਔਰ ਸਾਰੇ ਇਲਾਕੇ ਦੇ ਨਿਵਾਸ ਸੱਜਣਾਂ ਨੂੰ, ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸੇਵਾ ਦਾ ਮੌਕਾ ਦਿਓ ਜੀ। ਔਰ ਜੇ ਕਿਸੇ ਦਾਨੀ ਸੱਜਣ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸਹਿਯੋਗ ਕਰਨਾ ਹੋਵੇ ਤਾਂ ਉਹ ਸਾਨੂੰ ਰਸਤਾ ਸਾਡੇ ਘਰ ਦੇ ਵਿੱਚ ਜਿੱਥੇ ਅਸੀਂ ਤਿਆਰ ਕਰਦੇ ਹਾਂ ਉੱਥੇ ਸਾਨੂੰ ਬਚਾ ਸਕਦਾ ਆ। ਉਹਨਾਂ ਨੇ ਦਿੱਤੀ ਹੋਈ ਜਿਹੜੀ ਰਸਤੇ ਆ ਉਹ ਗੁਰੂ ਦੇ ਗੋਲਕ ਵਾਲੇ ਗੱਲ ਹੋਏਗੀ ਕਿ ਲੋਕਾਂ ਦੇ ਮੂੰਹ ਦੇ ਵਿੱਚ ਜਿਹੜਾ ਰਸਤੇ ਆ ਉਹ ਪਏਗੀ। ਲੰਗਰ ਤਿਆਰ ਕਰਕੇ ਧੰਨਵਾਦ ਜੀ। ਜੇ ਕਿਸੇ ਨੂੰ ਗ੍ਰਾਇਆਂ ਜਾਂ ਕਿਸੇ ਪਿੰਡ ਦੇ ਵਿੱਚ ਜਾਂ ਗ੍ਰਾਇਆ ਏਰੀਏ ਦੇ ਵਿੱਚ ਵੀ ਰਾਸ਼ਨ ਦੀ ਜ਼ਰੂਰਤ ਹੋਵੇ ਜਾਂ ਮਤਲਬ ਬਣੇ ਹੋਏ ਰਾਸ਼ਨ ਦੀ ਜ਼ਰੂਰਤ ਹੋਵੇ ਜਾਂ ਸੁੱਕੇ ਰਾਸ਼ਨ ਦੀ ਜ਼ਰੂਰਤ ਹੋਵੇ ਤਾਂ ਸਾਡੇ ਇਸ ਨੰਬਰ 'ਤੇ 9998602015 'ਤੇ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ। ਇੱਕ ਨੰਬਰ 99 158 90 508 'ਤੇ ਵੀ ਕੰਟੈਕਟ ਕਰ ਸਕਦਾ। ਧੰਨਵਾਦ।